पुराने तो पुराने समय च इत्थे एक राजा सी चंद्रमुनि। इत्थे बह गया, आ गया अंदर, तू ही पा लंदे। ਉਹੀ ਬਹਿ ਗਿਆ, ਚੱਲ ਧੁੱਪ ਨਿਕਲਣ ਵਾਲੀ ਆ। ਚੱਲੂਗਾ ਧੁੱਪੇ, ਸੇਕ ਜਿਹਾ ਲੱਗਦਾ ਵਧੀਆ। ਮੈਂ ਤਾਂ ਐਂ ਕਹਿੰਦੀ, 5 ਤਰੀਕ 'ਚ 2 ਦਿਨ ਹੀ ਰਹਿ ਗਏ, 20,000 ਦਾ ਬਣਿਆ ਕੋਈ ਪ੍ਰਬੰਧ? ਭੈਣ ਹੋਰਾਂ ਨੂੰ ਮੋਰਨੇ ਹੋਣਗੇ ਪੈਸੇ। ਕੋਈ ਪ੍ਰਬੰਧ ਨਹੀਂ ਬਣਿਆ ਯਾਰ, 20 ਜਣੇ ਤੂੰ ਪੁੱਛ ਲਏ ਧਾਰੇ ਸਧਾਰੇ, ਕਿਤੋਂ ਨਹੀਂ ਮਿਲੇ। ਹੁਣ ਫਿਰ ਆਪਾਂ ਕੀ ਕਰਾਂਗੇ? ਪ੍ਰਬੰਧ ਤਾਂ ਕਰਨਾ ਹੀ ਪਊਗਾ। ਤੈਨੂੰ ਪਤਾ ਜੀਜੇ ਦਾ ਸੁਭਾਅ ਕਿਹੋ ਜਿਹਾ, ਮਿੱਤੀ ਨਾਲ ਪੰਗਾ ਪਾ ਕੇ ਬਹਿ ਜੂਗਾ, ਵੀ ਕਿਰਾੜ 'ਤੇ ਪੈਸੇ ਨਹੀਂ ਮੋੜੇ ਉਹਨਾਂ ਨੇ। ਉਹ ਤਾਂ ਮੈਨੂੰ ਵੀ ਪਤਾ ਯਾਰ, ਹੁਣ ਹਾਥੀ ਵਾਲਾ ਤੰਗ ਤੀਗਾ, ਨਹੀਂ ਮੈਂ ਸਾਡੂ ਤੋਂ ਕਾਹਨੂੰ ਮੰਗਦਾ। ਬਾਕੀ ਤਾਂ ਉਹ ਤਾਂ ਮਾੜਾ ਜਿਹਾ ਥੱਲੇ ਲਾ ਕੇ ਖੁਸ਼ ਹੈ। ਹਾਂ, ਇਹ ਤਾਂ ਮੈਨੂੰ ਵੀ ਪਤਾ ਹੈ, ਫਿਰ ਕੀ ਕਰੀਏ, ਪੈਸਿਆਂ ਦੀ ਲੋੜ ਵਾਲੀ ਤੇ ਆਪਾਂ ਨੂੰ ਹੋਰ ਕਿਤੇ ਹੱਥ ਨਹੀਂ ਪੈਂਦਾ, ਤੇ ਫਿਰ ਤਾਂ ਮੰਗਣੇ ਪੈ ਗਏ। ਮੈਨੂੰ ਤਾਂ ਫਿਕਰ ਲੱਗਿਆ ਪਿਆ, ਬੂ ਕੀ ਕਰਾਂਗੇ, 5 ਤਰੀਕ ਨੇੜੇ ਆ ਗਈ। ਚੱਲ ਕੋਈ ਨਾ, ਫਿਰ ਮੈਂ ਜਾਣਾ ਪਿੰਡ 'ਚ ਯਾਰ, ਪਾਉਣਾ ਸਵਾਲ ਕਿਸੇ ਨੂੰ, ਕੀ ਕਰੀਏ ਹੁਣ, ਫਿਕਰ ਤਾਂ ਮੈਨੂੰ ਵੀ ਹੈਗਾ। ਜਾਣਾ ਮੈਂ, ਫਿਰ ਤੂੰ ਚਾਹ ਬਣਾ ਲੈ ਘੁੱਟ ਕੇ। ਬਣਾਉਣੀ ਆ, ਐਂ ਰਿਸ਼ਤੇਦਾਰੀ ਦਾ ਮਾਮਲਾ ਹੈ, ਪੈਸਾ ਫਿੱਕ ਪਵਾ ਆਉਂਦਾ। ਲੈ ਸੁਖਪਾਲ, ਸ਼ੁਕਰ ਹੈ ਹੋ ਗਿਆ ਕੰਮ ਤਾਂ ਯਾਰ। ਅੱਛਾ, ਬਣ ਗਿਆ ਕੰਮ, ਚੱਲ ਸ਼ੁਕਰ ਹੈ ਪਰਮਾਤਮਾ ਦਾ। ਆ ਲੈ, ਮਿਲੇ ਤਾਂ 20 ਦਿਨਾਂ ਵਾਸਤੇ ਨੇ, ਚੱਲ ਉਦੋਂ ਕਿਸੇ ਦੀ ਹੋਰ ਮਿਹਨਤ ਕਰ ਲਾਂਗੇ। ਚੱਲ ਆਹ ਕੰਮ ਵਧੀਆ ਬਣ ਗਿਆ, ਮੈਨੂੰ ਤਾਂ ਬਾਹਲੀ ਫਿਕਰ ਲੱਗਿਆ ਪਿਆ ਤੀ। ਫਿਕਰ ਤਾਂ ਹੈਗਾ ਹੀ ਤੀ, ਵੀ ਰਿਸ਼ਤੇਦਾਰ ਤੋਂ ਫੜੇ ਨੇ, ਕਿਸੇ ਹਿਸਾਬ ਨਾਲ ਤਾਂ ਮੋੜਨੇ ਪੈਣਗੇ, ਨਹੀਂ ਕੰਜਰ ਮਿੱਤੀ ਤੇ ਹਵਾ ਕਰੂਗਾ ਵੀ। ਹੋਰ ਚੱਲ, ਕੱਲ੍ਹ ਨੂੰ ਫੜਾ ਆਵਾਂਗੇ ਦੋਨੇ ਜਣੇ ਜਾ ਕੇ। ਚੱਲਾਂਗੇ, ਹੋਰ ਦੁਪਹਿਰੇ 'ਚ ਵਗ ਜਾਂਗੇ, ਧੁੱਪ ਜੀ ਨਿਕਲੀ ਤੋਂ। ਸਾਲਾ 2 ਸਾਲ ਹੋ ਗਏ ਆਪਣੇ ਵਿਆਹ ਨੂੰ, ਕਰਜ਼ੇ ਨਹੀਂ ਲੈਂਦਾ ਹੈਗਾ, ਆਪਦਾ ਢਿੱਡ ਪਾਲੀਏ ਕਿ ਲੋਕਾਂ ਦੇ ਪੈਸੇ ਲਾਈਏ। ਚੱਲ ਕੋਈ ਨਾ, ਪਰਮਾਤਮਾ ਭਲੀ ਕਰੂਗਾ। ਸੱਚੇ ਆਪਣੇ ਦਿਨ ਪਰ ਦਿਨ ਗਰੀਬੀ ਆਉਂਦੀ ਜਾਂਦੀ ਹੈ। ਮੈਂ ਤਾਂ ਐਂ ਕਹਿੰਦੀ ਹਾਂ, ਬੱਪੀਆਂ ਨੇ ਨਾ, ਕਹਿੰਦੇ ਇੱਕ ਜਨਾਨੀ ਆਈ ਹੈ, ਸਿਆਣਫ ਦਾ ਕੰਮ ਕਰਦੀ ਹੈ ਆ ਨਾਲ ਲੱਗਦੇ ਪਿੰਡ ਆਪਣੇ, ਕਹਿੰਦੇ ਵਾਲੀ ਕਰਨੀ ਵਾਲੀ ਹੈ, ਪੌਦੇ ਘਰੇ ਚਲੇ ਗਈਏ। ਉਹਨੂੰ ਕਹਾਂਗੇ ਸਾਡੀ ਤਾਂ ਗਰੀਬੀ ਚੱਕ ਕਿਸੇ ਤਰ੍ਹਾਂ। ਉਹ ਛੱਡ ਯਾਰ, ਇਹ ਬਾਬੇ ਬੂਬਿਆਂ ਵਾਲੇ ਸਿਆਣਪਾਂ ਵਾਲੇ ਸਾਰੇ ਟਕਵੰਜ ਹੁੰਦੇ ਨੇ, ਠੱਗੀ ਠੋਰੀ ਵਾਲਾ ਕੰਮ ਹੁੰਦਾ ਇਹਨਾਂ ਦਾ ਸਾਰਾ। ਸਾਰੇ ਬਾਬੇ ਇੱਕੋ ਜਿਹੇ ਨਹੀਂ ਹੁੰਦੇ, ਇਹ ਤਾਂ ਨਾਲੇ ਜਨਾਨੀ ਹੈ, ਕਹਿੰਦੇ ਬਹੁਤ ਸਿਆਣੀ ਹੈ, ਰੁੱਧ ਦੇ ਘਰ ਆਈ ਦੱਸ ਦਿੱਤੀ, ਰੁੱਧ ਨੂੰ ਕੰਮ ਨਹੀਂ ਮਿਲਦਾ ਤੇ ਕਹਿੰਦੇ ਕੰਮ ਤੇ ਲਵਾਤਾ ਉਹਨੇ। ਅੱਛਾ, ਕਮਾਲ ਹੋ ਗਈ ਹੈ, ਮੇਰੇ ਮੰਨਣ 'ਚ ਨਹੀਂ ਆਉਂਦੀ ਇਹ ਗੱਲ। ਲੈ ਮੰਨਣ 'ਚ ਕਿਉਂ ਨਹੀਂ ਆਉਂਦਾ? ਬਹੁਤ ਸਿਆਣੀ ਆ ਉਹਨੇ ਪਾ ਕਰਤਾ, ਰੁੱਧ ਨੂੰ ਕੰਮ ਮਿਲ ਗਿਆ 1 ਮਹੀਨੇ ਦਾ ਕੋਠੀ ਦਾ। ਮੇਰੀ ਮੰਨ, ਆਪਾਂ ਜਾ ਕੇ ਆਈਏ ਉਹਦੇ ਕੋਲੇ। ਲੈ ਇਹੋ ਜਿਹੀ ਕਿਹੜੀ ਯਾਰ ਸ਼ਕਤੀ ਮਾਰਤੀ ਉਹਨੇ ਵੀ ਕੰਮ ਦਵਾਤਾ ਕਿ ਉਹਦੇ ਕਹੇ ਤੋਂ ਕੰਮ। ਲੈ ਇਹੀ ਤਾਂ ਤੈਨੂੰ ਪਤਾ ਨਹੀਂ ਹੈਗਾ। ਬੇਬੇ ਮੈਂ ਤਾਂ ਐਂ ਕਹਿੰਦੀ, ਆਪਣੇ ਘਰੇ ਪੈਸੇ ਦੀ ਬਾਹਲੀ ਤੰਗੀ ਫੰਗੀ ਜੀ ਰਹਿੰਦੀ ਹੈ ਨਾ, ਆਪਣੇ ਨਾਲ ਦੇ ਪਿੰਡ ਬੱਪੀਆਂ ਨੇ ਇੱਕ ਜਨਾਨੀ ਆਈ ਆ ਕਹਿੰਦੇ ਗੇਜੋ ਸਿਆਣੀ, ਅੱਛਾ ਵੀ ਉਹਦੇ ਕੋਲ ਆਪਾਂ ਜਾ ਆਉਂਦੇ ਹਾਂ, ਇਹਨੂੰ ਐਂ ਕਹਿੰਦੀ ਤੀ। ਮੈਂ ਤਾਂ ਐਂ ਕਹਿੰਦੀ ਬੇਬੇ ਵੀ ਆਪਣਾ ਹੱਥ ਠੀਕ ਹੋ ਜੂ, ਕੋਈ ਪਾ ਕਰ ਦੂ ਉਹ। ਅੱਛਾ, ਫਿਰ ਤੁਸੀਂ ਜਾਏ ਆਓ, ਊ ਤੂੰ ਸੁਣਿਆ ਪਹਿਲਾਂ ਵੀ ਕਿਸੇ ਦਾ ਫਾਇਦਾ ਕਰੇ। ਹਾਂ ਬੇਬੇ, ਮੈਨੂੰ ਰੁੱਧ ਦੇ ਘਰ ਵਾਲੀ ਕਹਿੰਦੀ ਉਹਦੇ ਘਰ ਵਾਲੇ ਨੂੰ ਕੰਮ ਨਹੀਂ ਮਿਲਦਾ ਤੀ, ਉਹਨੂੰ ਹੁਣ ਪੱਕਾ ਕੰਮ ਮਿਲ ਗਿਆ 1 ਮਹੀਨੇ ਦਾ ਕੋਠੀ ਦਾ। ਅੱਛਾ, ਫਿਰ ਤਾਂ ਜਾਏ ਆਓ, ਇੱਕ ਵਾਰੀ ਜਾਣ 'ਚ ਕੀ ਹਰਜ ਹੈ? ਲੈ ਬੇਬੇ ਤੂੰ ਵੀ ਮਗਰ ਲੱਗ ਜਾ ਹੁਣ ਇਹਦੇ, ਮੈਂ ਨਹੀਂ ਬਾਬਿਆਂ ਬੂਬਿਆਂ 'ਤੇ ਵਿਸ਼ਵਾਸ ਕਰਦਾ ਹੈਗਾ। ਨਹੀਂ ਪੁੱਤ, ਸਾਰੇ ਬਾਬੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ, ਕੋਈ ਵਿੱਚ ਕਰਨੀ ਵਾਲੇ ਵੀ ਹੁੰਦੇ ਨੇ। ਹੋਰ ਬੇਬੇ, ਇਹਨੂੰ ਕੀ ਪਤਾ ਇਸ ਗੱਲ ਦਾ, ਆਪਾਂ ਤਾਂ ਇੱਕ ਵਾਰੀ ਜਾ ਕੇ ਦੇਖੀਏ ਕੀ ਹਰਜ ਹੈ ਜਾਣ 'ਚ ਆਪਣਾ। ਕੋਈ ਹਰਜ ਨਹੀਂ ਹੈਗਾ, ਜਾਇਆ ਪੁੱਤ, ਜਾਣ 'ਚ ਕੀ ਹਰਜ ਹੈ? ਜਾਇਆ ਮੰਗੇ ਚੰਗਾ, ਕੱਲ੍ਹ ਨੂੰ ਵਗ ਚੱਲਾਂਗੇ। ਹੱਸ ਕੇ ਜਾਂਦੇ ਹੁੰਦੇ ਨੇ ਬਾਬੇ 'ਤੇ, ਐਂ ਨਹੀਂ ਮੂੰਹ ਜਿਹਾ ਬਣਾਉਂਦੇ ਹੁੰਦੇ, ਫਿਰ ਹੀ ਕੰਮ ਬਣਦੇ ਨੇ। ਹੋਰ ਵਗ ਜਾਂਗੇ, ਵਗ। ਲੈ ਬੇਬੇ ਜਾਂਦੇ ਹਾਂ ਅਸੀਂ। ਬੇਬੇ ਤਾਂ ਐਂ ਕਹਿੰਦਾ ਤੀ, ਮੈਂ ਤਾਂ ਰੇਹੜੀ ਡਿੱਗਣੀ ਹੈ ਕਹਿੰਦਾ, ਅੱਜ ਲਾਡੀ ਕਹਿੰਦਾ ਰੇਹੜੀ ਹੋਣੀ ਹੈ, ਕਹਿੰਦਾ ਨਾਲੇ ਆਪਣੀ ਡਿੱਗਣੀ ਹੈ। ਅੱਛਾ, ਹੋਰ ਲੈ ਜਾ ਇਹਨੂੰ, ਮੇਰੀ ਗੱਲ ਸੁਣ, ਧਿਆਨ ਨਾਲ ਸਮਾਰ ਕੇ ਪੁੱਛ ਕੇ ਆਈ ਉਹਨੂੰ ਵੀ ਕਿਵੇਂ ਕਿਵੇਂ ਕਰਨਾ ਹੈਗਾ। ਹਾਂ ਹਾਂ ਬੇਬੇ, ਸਾਰੀ ਗੱਲਬਾਤ ਮੈਂ ਦੱਸ ਦੂੰਗੀ, ਮੇਰੇ ਦਿਮਾਗ 'ਚ ਸਾਰੀ, ਕੋਈ ਨਾ ਮੈਂ ਸਾਰਾ ਕੁਝ ਦੱਸ ਦੂੰਗੀ। ਲੈ ਜਾ ਫਿਰ ਕਿਤੇ ਖੇਤ ਨੂੰ ਨਾ ਬੜ ਗਿਆ ਆਪਣਾ। ਹੋਰ ਵੀ ਸੁਖਪਾਲ, ਮੇਰੀ ਗੱਲ ਸੁਣ, ਜੇ ਰੇਰੂ ਸਿੱਟਣ ਲੱਗ ਗਿਆ ਨਾ ਖੇਤ, ਇਹ ਤਾਂ ਘੋਲ ਕਰ ਜੂ, 4 ਦਿਨ ਨਹੀਂ ਜਾਣਾ। ਹਾਂ ਬੇਬੇ, ਮੈਂ ਵੀ ਐਂ ਕਹਿੰਦੀ ਹਾਂ, ਮੈਂ ਲੈ ਕੇ ਜਾਣਾ, ਤੂੰ ਐਂ ਕਰ ਸਾਗ ਦੇਖ ਲੈ ਮੈਂ। ਚੰਗਾ, ਕੋਈ ਠੀਕ ਹੈ, ਲੈ ਆ ਜਾ ਹੁਣ। ਕੀ ਕਰਦਾ ਅੰਦਰ? ਲੈ ਜਾ, ਕਣੀਆਂ ਆਉਣਾ ਜਾਂ ਹੋਰ ਕੀ ਨਹੀਂ ਕਰਾਂ। ਆ ਗਿਆ ਆ ਗਿਆ। ਤੇਲ ਤੂੰ ਦੇਖਿਆ ਅੱਜ ਕਿਧਰ ਆ ਜ ਖੜੇ ਰਹੀਏ? ਹੈਗਾ ਹੁਣ ਤਾਂ ਰਿਜ਼ਰਵ 'ਚ ਹੀ ਹੈ। ਚਲ ਠੀਕ ਹੈ, ਚਲ ਕਣੀਆਂ ਕੁੜੀਆਂ ਤਾਂ ਪਹਿਲਾਂ ਆ ਜਾਂਗੇ, ਹੋਰ ਕਣੀਆਂ ਨਾ ਆ ਜਾਣ ਕਿਤੇ। ਹੋਰ ਮੈਂ ਤਾਂ ਰੇਹ ਸਿੱਟਣਾ ਤੇ ਅੱਜ ਯਾਰ। ਚਲ ਕੋਈ ਨਾ, ਫੇਰ ਡੇਗਾ ਜਾਊਗਾ, ਰੇਹ ਤੋਂ ਕਿ ਲੇਟ ਹੁੰਨੇ ਆ, ਉਹ ਤਾਂ ਵੀ ਆਉਣ ਵਾਲਾ ਹੋਰੇਗਾ। ਲੇਟ ਤਾਂ ਹੁੰਨੀ ਆ ਹੁਣ, ਕੋਈ ਨਾ, ਫੇਰ ਸਵੇਰੇ ਡੇਗ ਲਿਓ। ਲਾਡੀ ਕੱਲਾ ਡੇਗ ਲੂਗਾ? ਕੱਲਾ ਕਿੱਥੇ ਡੇਗ ਲੂਗਾ, ਤੈਂ ਕਹਿੰਦੀ ਪੈਸੇ ਹੈਗੇ ਮੱਥਾ ਟੇਕਣ ਨੂੰ? ਪੈਸੇ ਤਾਂ ਹੈਗੇ ਯਾਰ, 200 ਰੁਪਏ। ਚਲ
ਬਾਤੂ ਕਿ ਗਲੀ ਜੀ ਤਾਂ ਮੁੜ ਗਈ ਯਾਰ ਨਾ ਨਾ ਆਪਾਂ ਨੂੰ ਸਿੱਧਾ ਕਿਹਾ ਤੇ ਵੀ ਲੋਕ ਟਾਈ ਲਈ ਗਲੀ ਆ ਗਈ ਦੇਖ ਆ ਦੇਖ ਮੂਰੇ ਸਿੱਧਾ ਹਾਂ ਆ ਸਿੱਧੀ ਗਲੀ ਕਹਿੰਦੇ ਨੇ ਘਰ ਛੱਡ ਕੇ ਬਸ ਵਿਆਹ ਗਲੀ ਦੇ ਕੁੰਜੇ ਤੋਂ ਅੱਛਾ ਇਹ ਤੋਂ ਤਿੰਨ ਛੱਡ ਗਿਆ ਹਾਂ ਅੱਛਾ ਵੀ ਤੀਜਾ ਘਰ ਆ ਬਸ ਹਾਂ ਤੇ ਦਾ ਛੱਡਦਾ ਹਾਂ ਹਾਂ ਆ ਗਿਆ ਆ ਗਿਆ ਤੀਜਾ ਦਾ ਸਰ ਹਾਂ ਇਹ ਹੀ ਲੱਗਦਾ ਆ ਭਾਈ ਨੂੰ ਪੁੱਛ ਲੈ ਕੀ ਹੋਤੀ ਹੈ ਹਾਂ ਭਾਈ नौकरी मिल गई मां गड्डी ले ली इधर ला दो ਲੈ ਵੇ ਛਿੰਦਿਆ ਨਵੇਂ ਗਾਹਕ ਆ ਗਏ ਹਾਂ ਬਾਬਾ ਜੀ ਆਉਂਦੇ ਆ ਜੋੜੇ ਲਾ ਦੋ ਪੈਰੀ ਪੰਨੇ ਬਾਬਾ ਜੀ ਜਿਉਂਦੇ ਰਹੋ ਬੇਟੇ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ ਦੱਸੋ ਬੱਚਾ ਕੀ ਮੁਸ਼ਕਲ ਹੈ ਵੈਸੇ ਮੈਂ ਤੁਹਾਡੀ ਮੁਸ਼ਕਲ ਬੁੱਝ ਤਾਂ ਲਈ ਪਰ ਤੁਸੀਂ ਆਪਦੇ ਮੂੰਹ ਨਾਲ ਦੱਸੋਗੇ ਜਾਂ ਮੈਂ ਦੱਸਾਂ ਤੁਹਾਨੂੰ ਦੇਖ ਮੈਂ ਤੈਨੂੰ ਕਿਹਾ ਨਹੀਂ ਤੀ ਬਾਬਾ ਜੀ ਵਾਕਤ ਕਰਨ ਵਾਲੇ ਨੇ ਬਾਬਾ ਜੀ ਜਿਹੜੀ ਸਮੱਸਿਆ ਹੈਗੀ ਤੀ ਬਸ ਤੁਸੀਂ ਸਾਡੀ ਬੁੱਝ ਲਈ ਸਾਡੇ ਘਰੇ ਨਾ ਤੰਗੀ ਫੰਗੀ ਜੀ ਵਾਲੀ ਰਹਿੰਦੀ ਹੈ ਬਸ ਸਾਡੀ ਉਹ ਦੂਰ ਕਰ ਦਿਓ ਤੁਸੀਂ ਚੇਲਿਆ ਮੈਨੂੰ ਐਂ ਲੱਗਦਾ ਇਹ ਪੈਸੇ ਦੀ ਤੰਗੀ ਦੀ ਗੱਲ ਕਰਦੇ ਨੇ ਹਾਂ ਹਾਂ ਬਾਬਾ ਜੀ ਇਹੀ ਲੱਗਦਾ ਮੈਨੂੰ ਵੀ ਕੋਈ ਗੱਲ ਨਹੀਂ ਬੀਬਾ ਫਿਕਰ ਨਾ ਕਰੋ ਤੰਗੀਆਂ ਫੰਗੀਆਂ ਤਾਂ ਤੁਹਾਡੀਆਂ ਮੈਂ ਸਭ ਦੂਰ ਕਰ ਦੂੰ ਮੇਰਾ ਤਾਂ ਜਿਹੜਾ ਕੰਮ ਹੈ ਨਾ ਉਹ ਲੋਕਾਂ ਦੀਆਂ ਤੰਗੀਆਂ ਫੰਗੀਆਂ ਦੂਰ ਕਰਨ ਲਈ ਹੈ ਜਦੋਂ ਤੁਹਾਡਾ ਕੰਮ ਬਣ ਗਿਆ ਇਹ ਨਾ ਹੋਵੇ ਵੀ ਕਿਤੇ ਤੁਸੀਂ ਮੈਨੂੰ ਭੁੱਲ ਜਾਓ ਯਾਦ ਰੱਖਿਓ ਮੈਨੂੰ ਰੱਖਾਂਗੇ ਰੱਖਾਂਗੇ ਬਾਬਾ ਜੀ ਕੋਈ ਨਾ ਗੁਣ ਸਾਡਾ ਸਾਰੀ ਉਮਰ ਨਹੀਂ ਭੁੱਲਦੇ ਬਾਬਾ ਜੀ ਅਸੀਂ ਸਾਡਾ ਪੈਸੇ ਤੇ ਲੇਕਣੀਆਂ ਤੰਗ ਰਹਿੰਦਾ ਬਸ ਉਹ ਠੀਕ ਕਰ ਬਸ ਬਸ ਬਾਬਾ ਜੀ ਬਸ ਪੈਸੇ ਤੇ ਲੈ ਦੀ ਕਿਰਪਾ ਕਰ ਦਿਓ ਸਾਡੇ ਤੇ ਬਹੁਤ ਔਖਾ ਹੋਇਆ ਪਿਆ ਕੰਮ ਜੀ ਜੀ ਦੇ ਕਰਜਾਈ ਹੋਏ ਬੈਠੇ ਆ ਕੀ ਕੰਮ ਕਰਦਾ ਹੁੰਨਾ ਕਾਕਾ ਮੇਰੇ ਹਿਸਾਬ ਨਾਲ ਤਾਂ ਜ਼ਮੀਨ ਤੇਰੇ ਕੋਲੇ ਥੋੜ ਗਈ ਹੋਊ हाँ जी मेरे को 2.5 किले जमीन दी है सानू पता ही है 2.5 किले नाल की बनता है बस कृपा कर दे तुसी कृपा हो जूगी काका कृपा हो जूगी आ मैं थानू लैचियां दिनी आ तुसी काके दे सिर उत्तों दी 7 वारी चहा के बाहन च सिट दियो आ ले दे जे ले कितने लैचियां आ ले फड़ो लैचियां ਜਦੋਂ ਉੱਥੇ ਲੈ ਕੇ ਸਿੱਟੋਗੇ ਨਾ ਵੀ ਮਹਾਰਾਜ ਭਲੀ ਕਰੀ ਥੋੜ੍ਹੇ ਚਿਰ 'ਚ ਕੰਮ ਤੁਹਾਡਾ ਠੀਕ ਹੋ ਜੂ ਆਮਦਨ ਵੱਧ ਜੂ ਹੱਥ ਠੀਕ ਹੋ ਜੂ ਠੀਕ ਹੈ ਬਾਬਾ ਜੀ 100 ਰੁਪਏ ਮੱਥਾ ਟੇਕ ਦੇ ਜੀ ਅੱਛਾ ਜਾਓ ਭਗਤੋ ਤੁਹਾਡਾ ਬੇੜਾ ਪਾਰ ਹੋ ਜੂ 7 ਵਜੇ ਵਿੱਚ ਹੋ ਜਾ ਵਾਹਣ ਦੇ ਵਿੱਚ ਕਿਹਾ ਦੀ ਹਾਂ ਹਾਂ ਬਸ ਬਾਲਾ ਵਿਚਾਲੇ ਨਹੀਂ ਕਿਹਾ ਦੀ ਹਾਂ ਸਾਈਡ ਜੀਤੀ ਗਿਆ ਦੀ ਬਾਲੀ ਦੂਰ ਨਾ ਜਾਏ ਵੀ ਲੈ ਹੋ ਕੋਟੀ ਕਰਾ ਆਈ ਨਹੀਂ ਪਤਾ ਹੁਣ ਚੜਦੇ ਕਿ ਨਹੀਂ ਮੂੰਹ ਕਰਨੇ ਕੋ ਛਿਪਦੇ ਕਿ ਨਹੀਂ ਕਰਨੇ ਚੜਦੇ ਕਿ ਨਹੀਂ ਕਰ ਛਿਪੀ ਤਾਂ ਜਾਂਦੀ ਹੈ ਜ਼ਿੰਦਗੀ ਚੜਦੇ ਕਿ ਨਹੀਂ ਕਰ ਇੱਧਰ ਮੈਂ ਕਰਦਾ ਚੜਦੇ ਕਿ ਨਹੀਂ ਮੇਰੇ ਸਿਰ ਦੀ ਸਿੱਟਣੀ ਹੈ ਅੱਛਾ ਅੱਛਾ ਛਿੱਟ ਐਂ ਵਗਾ ਦਾ ਐਂ ਵਗਾ ਦੇ ਯਾਰ ਮਗਰ ਮਾਲਕਾ ਭਰੀ ਕਰੀ ਚਲ ਬਣ ਜੂਗਾ ਹੁਣ ਤਾਂ ਆਪਣਾ ਕੰਮ ਬਣ ਜੂ ਹਾਂ ਬਣ ਜੂਗਾ ਚਲ ਕੋਈ ਦੇਖ ਬਣਾ ਲਵੇ ਵੀ ਖੇਤਾਂ 'ਚ ਕੀ ਕਰੀ ਜਾਂਦੇ ਨੇ ਲੈਚੀਆਂ ਜਾਂ ਹਰੀਆਂ ਨਾ ਹੋ ਜਾਣ ਕਿਤੇ ਹਨਾ ਨਾ ਨਾ ਜੇ ਫਿਰ ਲੈਚੀਆਂ ਹਰੀਆਂ ਹੋ ਗਈਆਂ ਸ਼ਕਤੀ ਕਾਦੀ ਹੈ ਹਾਂ ਹਾਂ ਲੈ ਬੇਬੇ 100 ਰੁਪਏ ਦੀ ਕੀ ਗੱਲ ਹੈ 100 ਰੁਪਏ ਮੱਥਾ ਟਕਿਆ ਸਿਰਫ ਕਈ ਤਾਂ ਵਾਲੇ ਲਾਲਚੀ ਹੁੰਦੇ ਨੇ ਹਾਂ ਪੁੱਤ ਬਥੇਰੇ ਲਾਲਚੀ ਹੁੰਦੇ ਨੇ ਬਾਲਾ ਬਾਲਾ ਕੁਛ ਲੈ ਲੈਂਦੇ ਨੇ ਜਿਹੜੇ ਬਾਲੇ ਲਾਲਚੀ ਹੁੰਦੇ ਨੇ ਜਿਹੜਾ ਸੌਂਗਾ ਲਾਲਚੀ ਨਾ ਹੋਵੇ ਉਹ 'ਚ ਦਮ ਵੀ ਹੁੰਦਾ
ਇਹ ਵੀ ਗੱਲ ਤੇਰੀ ਸਹੀ ਹੈ ਬੀਬੀ ਬਾਕੀ ਤਾਂ ਪਾਪ ਨਹੀਂ ਵਾਲਾ ਔਖਾ ਦੱਸਿਆ ਬਸ ਲਾਚੀਆਂ ਦਿੱਤੀ ਤਾਂ ਉਹਨੇ ਕਹਿੰਦੀ ਇਹਦੇ ਸਿਰੋਂ ਤੂੰ ਚਾਹ ਕੇ ਡੇਗਦੀ ਵਾਹਣ ਦੇ ਵਿੱਚ ਮਹਲਕਾ ਭਲੀ ਕਰੀ ਬਸ ਆਹੀ ਗੱਲ ਕਹਿਣੀ ਤੀ ਅੱਛਾ ਚਲੋ ਕਰੂਗਾ ਪ੍ਰਮਾਤਮਾ ਭਲੀ ਹੋਰ ਅਸੀਂ ਕਹਿੰਦੇ ਹਾਂ ਜੇ ਹੱਥ ਜਾ ਠੀਕ ਹੋ ਜੇ ਹੋਰ ਪੁੱਤ ਕਈ ਵਾਰੀ ਤਾਂ ਨਾ ਟੈਨਸ਼ਨ 'ਚ ਸਾਰੀ ਸਾਰੀ ਰਾਤ ਨਹੀਂ ਨੀਂਦ ਆਉਂਦੀ ਆਉਂਦੀ ਨਹੀਂ ਪੁੱਤ ਸਹੀ ਗੱਲ ਹੈ ਬੜੇ ਔਖੇ ਹੋ ਰਹੇ ਆ ਬਾਕੀ ਦਾ ਕਰਜ਼ਾ ਕਿੱਥੇ ਨੀਂਦ ਆਉਣ ਦਿੰਦਾ ਪੁੱਤ ਕੋਈ ਨਾ ਸਭ ਹੋ ਜੂਗਾ ਠੀਕ ਹਾਂ ਹਾਂ ਤੁਸੀਂ ਬਸ ਵਿਸ਼ਵਾਸ ਰੱਖੋ ਆਪਣੇ ਤਾਂ ਹਾਲਾਤ ਸੁਧਾਰ ਦੋ ਉਹ ਕਰਦੇ ਵਿਸ਼ਵਾਸ ਕਰਕੇ ਗਏ ਆ ਤਾਂ ਹੀ ਗਏ ਆ ਉਹਦੇ ਕੋਲੇ ਵਿਸ਼ਵਾਸ ਤਾਂ ਹੈਗਾ ਹੀ ਆ ਹੁਣ ਹਾਂ ਪੁੱਤ ਕੋਈ ਗੱਲ ਨਹੀਂ ਕਰੂਗਾ ਪ੍ਰਮਾਤਮਾ ਕਿਰਪਾ ਸੁਫਾਲ ਕੱਪੜੇ ਵਾਲਿਆਂ ਦਾ ਫੋਨ ਆਇਆ ਸੀਗਾ ਕਹਿੰਦਾ ਬਾਈ ਪੈਸੇ ਦਿਓ ਟਾਈਮ ਬਹੁਤ ਹੋ ਗਿਆ ਅੱਛਾ ਹੋਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੇ ਹੁਣ ਕਿੱਥੋਂ ਦੇਈਏ ਫਿਰ ਗੇਜੋ ਦੇ ਭਾਅ ਨੇ ਵੀ ਨਹੀਂ ਕੋਈ ਕੰਮ ਕਰਿਆ ਯਾਰ ਐਵੇਂ ਪੈ ਗਈ ਤੂੰ ਇਹਨਾਂ ਚੱਕਰਾਂ 'ਚ ਗੱਲ ਤਾਂ ਤੇਰੀ ਠੀਕ ਹੈ 15-16 ਦਿਨ ਹੋ ਗਏ ਉਹਨੂੰ ਪਾ ਕਰੇ ਨੂੰ ਵੀ ਕੋਈ ਮਾੜਾ ਮੋਟਾ ਸੁੱਖ ਸੁਨੇਹਾ ਵੀ ਨਹੀਂ ਆਇਆ ਕਿਸੇ ਪਾਸਿਓਂ ਵੀ ਹੱਥ ਠੀਕ ਹੋ ਗਿਆ ਹੋਵੇ ਹੋਰ ਕੁਛ ਨਾ ਕੁਛ ਤਾਂ ਫਰਕ ਪੈਂਦਾ ਭੂਰਾ ਵੀ ਨਹੀਂ ਫਰਕ ਤਾਂ ਪਿਆ ਡਾਲ ਨਹੀਂ ਪਿਆ ਉਵੇਂ ਹੈ ਮਾੜਾ ਮੋਟਾ ਵੀ ਨਹੀਂ ਹੱਥ ਠੀਕ ਹੋਇਆ ਚੱਲ ਤੁਸੀਂ ਇੱਧਰ ਕਿਉਂ ਬੈਠੇ ਚਿੱਡੇ ਮੂਹਰੇ ਸੇਕ ਲਓ ਇੱਧਰ ਕਰ ਲਓ ਪੀੜੀ ਪੀੜੀ ਤਾਂ ਕਰ ਲੈਂਦਾ ਹੋਰ ਫਰਕ ਤਾਂ ਕੋਈ ਪਿਆ ਨਹੀਂ ਉਹ ਇੱਕ ਵਾਰੀ ਆਪਾਂ ਨੂੰ ਜਾ ਕੇ ਆਉਣਾ ਚਾਹੀਦਾ ਉਹਦੇ ਕੋਲੇ ਉਹ ਹੱਥ ਬੰਨੇ ਤੇਰੇ ਮੂਹਰੇ ਹੁਣ ਫੇਰ 100 ਰੁਪਏ ਨੂੰ ਥਾਂ ਕਰੇਗੀ ਕੀ ਕਰਾਂਗੇ ਯਾਰ ਕੋਈ ਫਰਕ ਤਾਂ ਕੋਈ ਪੈਂਦਾ ਫੇਰ ਵੀ ਉਹਨੂੰ ਪੁੱਛਾਂਗੇ ਤਾਂ ਹੈਗੇ ਵੀ ਪਾ ਕਰਿਆ ਤੁਸੀਂ ਨੇ ਮਾੜਾ ਮੋਟਾ ਫਰਕ ਤਾਂ ਪੈਣਾ ਚਾਹੀਦਾ ਤੀ ਮੈਂ ਤਾਂ ਐਂ ਕਹਿੰਦੀ ਕੋਈ ਕੱਢਣ ਪਾਉਣ ਵਾਲੀ ਗੱਲ ਲੱਗਦੀ ਤਾਂ ਹੈ ਨਹੀਂ ਮੈਨੂੰ ਲੈ 100 ਰੁਪਏ ਨਾਲ ਕੀ ਫਰਕ ਪੈਂਦਾ ਹੈ ਆਪਾਂ ਤਾਂ ਜਾ ਕੇ ਤਾਂ ਆਵਾਂਗੇ ਉਹਨੂੰ ਕਹਾਂਗੇ ਤਾਂ ਸਹੀ ਵੀ ਫਰਕ ਤਾਂ ਕੋਈ ਹੋਇਆ ਨਹੀਂ ਕਈ ਵਾਰੀ ਕੋਈ ਹੋਰ ਪਾ ਦੱਸ ਦਿੰਦੀ ਹੈ ਉਹ ਕਿਹੜੇ ਪਾ ਦੱਸੂ ਯਾਰ ਉਹ ਰਹਿਣ ਦੇ ਲੈ ਤੁਸੀਂ ਤਾਂ ਐਂ ਕਰਦੇ ਹੋ ਲੈ ਤੂੰ ਬੇਬੇ ਨੂੰ ਪੁੱਛ ਲੈਣੇ ਆ ਕੀ ਹੋ ਗਿਆ ਬੇਬੇ ਇੱਧਰ ਦੀ ਆ ਤੈਨੂੰ ਸਮਾਰ ਕੇ ਦੱਸਾਂ ਗੇਜੋ ਸਿਆਣੀ ਦੀ ਗੱਲ ਕਰਦੇ ਹਾਂ ਹਾਂ ਦੱਸ ਕੀ ਕਹਿੰਦੀ ਸੀ ਬਹਿ ਜਾ ਬੇਬੇ ਉਹ ਫੱਟੀ ਚੱਕ ਲਿਆ ਬੇਬੇ ਉਹ ਸਿਆਣੀ ਕੋਲੇ ਜਾ ਕੇ ਆਏ ਤੇ ਨਾ ਗੇਜੋ ਕੋਲੇ 15-20 ਦਿਨ ਹੋ ਗਏ ਅੱਛਾ ਕੋਈ ਫਰਕ ਪਿਆ ਨਹੀਂ ਹੈਗਾ ਅੱਜ ਤਾਂ ਸੌਖਾ ਹੋਇਆ ਨਹੀਂ ਆਪਣਾ ਮੈਂ ਕਹਿੰਦੀ ਤੀ ਆਪਾਂ ਦੁਬਾਰੇ ਜਾ ਆਉਂਦੇ ਹਾਂ ਇਹ ਕਹਿੰਦਾ ਰਹਿਣ ਦੇ ਮੈਂ ਕਿਹਾ ਰਹਿਣ ਦੇ ਕਿਉਂ ਕਈ ਵਾਰੀ ਉਹ ਪਾ ਨਹੀਂ ਕੰਮ ਕਰਦਾ ਹੁੰਦਾ ਦੁਬਾਰੇ ਦੱਸ ਦੂਗੇ ਆਪਾਂ ਪਾ ਕਰਨਾ ਪਾ ਕਿਹੜਾ ਔਖੇ ਦੱਸਦੀ ਹੈ ਕੋਈ ਹਾਂ ਪੁੱਤ ਜਾਣ ਦਾ ਤਾਂ ਕੀ ਡਰ ਹੈ ਹੋਰ ਆਈ ਕਹਿੰਦੀ ਤੀ ਜਾਇਆ ਉਹ ਪੁੱਤ ਬਾਕੀ ਗੁੱਡੀ ਭੂਆ ਕਹਿੰਦੀ ਤੀ ਉਹਦੇ ਪਿੰਡ ਦੇਖ ਲਓ ਉਹ ਕਹਿੰਦੀ ਤੀ ਕਿ ਸਾਡੇ ਪਿੰਡ ਬਹੁਤ ਸਿਆਣਾ ਹੈਗਾ ਉਹਦਾ ਕੰਮ ਤਾਂ ਫਿਰ ਪੱਕਾ ਹੀ ਹੁੰਦਾ ਮੈਂ ਤਾਂ ਕੋਈ ਨਹੀਂ ਜਾਂਦਾ ਕੀ ਪਤਾ ਕਿੰਨੇ ਕਿ ਲਵਾਉ ਇੱਧਰ ਤਾਂ 100 ਨਾਲ ਸਰ ਗਿਆ ਉਹਦਾ ਕੀ ਪਤਾ ਕਿੰਨੇ ਲਵਾ ਦੇ ਚੱਲ ਬੇਬੇ ਉਹ ਤਾਂ ਦੂਰ ਹੈ ਉਹਦੇ ਕੋਲ ਤਾਂ ਛੱਡ ਪਰਾਂ ਇਹਦੇ ਕੋਲੇ ਤਾਂ ਘੱਟੋ ਘੱਟ 11 ਆਪਾਂ ਹੋਰ ਜਾ ਸਕਦੇ ਹਾਂ ਜੇ ਹੁਣ ਜਾ ਕੇ ਦੱਸਾਂਗੇ ਅਗਲੇ ਨੂੰ ਫੇਰ ਹੀ ਪਤਾ ਲੱਗੂਗਾ ਉਹ ਰੁੱਦ ਦੇ ਘਰ ਆਈ ਤਾਂ ਬਥੇਰੇ ਤਰੀਫਾਂ ਕਰ ਦੇਦੀਆਂ ਆਹੋ ਫਿਰ 11 ਹੋਰ ਜਾ ਕੇ ਤਾਂ ਦੇਖ ਲਓ 100 ਰੁਪਇਆ ਲੱਗੂ ਤਾਂ ਸਹੀ ਕੁਛ ਨਾ ਕੁਛ ਦੱਸੂਗੀ ਤਾਂ ਹੈਗੀ ਐਂ ਤਾਂ ਬੇਬੇ ਮੈਂ ਕਹਿੰਦੀ ਹਾਂ ਜੇ ਜਿੱਥੇ ਲੋਕਾਂ ਦੇ ਇੰਨੇ ਦੇਣੇ ਨੇ 100 ਨਾਲ ਕੀ ਹੋ ਜੂਗਾ ਕੀ ਫਰਕ ਪੈ ਜੂਗਾ ਕੋਈ ਮੈਂ ਲਾ ਦੂੰਗੀ ਮੇਰੇ ਕੋਲ ਹੈਗੇ ਨੇ 100 ਰੁਪਇਆ ਤੂੰ ਨਾ ਲਾਈ ਬਸ ਹਾਂ ਜੱਸੇ ਜਾ ਆਓ ਇੱਕ ਵਾਰੀ ਕੀ ਹੁੰਦਾ ਹੈਗਾ ਇੱਕ ਵਾਰੀ ਤਾਂ ਹੋਰ ਜਾ ਕੇ ਆਓ ਵਗ ਜਾਾਂਗੇ ਫਿਰ ਕੱਲ ਨੂੰ ਵਗ ਜਾਾਂਗੇ ਆਹੋ ਚਲ ਠੀਕ ਹੈ ਆਏ ਮੈਂ ਕਹਾਂਗੇ ਤਾਂ ਹੈਗੇ ਬੇਬੇ ਜਾ ਕੇ ਹਾਂ ਵੀ ਕੋਈ ਫਰਕ ਨਹੀਂ ਪਿਆ ਬਾਈ ਹੋਰ ਹੁਣ ਮੈਂ ਕੁਛ ਤਾਂ ਹੋਰ ਕਰੂਗੀ ਫਿਰ ਪਾ ਜਾਓ ਪੁੱਤ ਹੋਰ ਵਗ ਜਾ ਹਾਂ ਅੱਛਾ ਹਜੇ ਤੱਕ ਤੁਹਾਡਾ ਠੀਕ ਹੀ ਨਹੀਂ ਹੋਇਆ ਇਹ ਕਿਵੇਂ ਹੋ ਸਕਦਾ ਤੁਹਾਨੂੰ ਤਾਂ ਕੋਈ ਨਾ ਕੋਈ ਖੁਸ਼ੀ ਵਾਲਾ ਸੁਨੇਹਾ ਮਿਲਣ ਵਾਲਾ ਸੀ ਬਹੁਤ ਖੁਸ਼ੀ ਵਾਲਾ ਮੈਂ ਤਾਂ ਆਪ ਹੈਰਾਨ ਹਾਂ ਵੀ ਹਜੇ ਵੀ ਤੁਹਾਡਾ ਹੱਥ ਤੰਗ ਹੈ ਪੈਸੇ ਤੇ ਲੈ ਕੇ ਨਹੀਂ ਹਜੇ ਵੀ ਤੰਗ ਤੁਰੇ ਆਉਂਦੇ ਹੋ ਹੋਰ ਜੀ ਅਸੀਂ ਤਾਂ ਹਜੇ ਵੀ ਤੰਗ ਤੁਰੇ ਆਉਂਦੇ ਹਾਂ ਕੋਈ ਫਰਕ ਨਹੀਂ ਪਿਆ ਮੈਂ ਤੁਹਾਨੂੰ ਕਹਿ ਦਈਏ ਇਹਦਾ ਮਤਲਬ ਮੈਨੂੰ ਜ਼ੋਰ ਲਾਉਣਾ ਪਊਗਾ ਤੁਹਾਡੇ ਕੰਮ ਵਾਸਤੇ ਐ ਨਹੀਂ ਗੱਲ ਬਣਦੀ ਕੋਈ ਗੱਲ ਤਾਂ ਕਾਕਾ ਜ਼ਰੂਰ ਹੈ ਤੁਸੀਂ ਮੈਨੂੰ ਅੱਜ ਦਾ ਦਿਨ ਦਿਓ ਮੈਨੂੰ ਤੁਹਾਡੇ ਕੰਮ ਵਾਸਤੇ ਸਾਰੀ ਰਾਤ ਜਾਗਣਾ ਪਊ ਮੈਂ ਆਪਦੇ ਗੁਰਾਂ ਪੀਰਾਂ ਨੂੰ ਮਨਾਉਂ ਤੇ ਆਉਂ ਪੂਰਾ ਲਾਉਂ ਤੁਹਾਡੇ ਤੇ ਜ਼ੋਰ ਕੱਲ੍ਹ ਨੂੰ ਤੁਸੀਂ 10 ਵਜੇ ਆ ਜਾਓ ਫਿਰ ਮੈਂ ਦੱਸੂਗੀ ਤੁਹਾਨੂੰ ਕਾਕਾ ਪਾ ਪੈਸੇ ਤਾਂ ਲੈਦੀ ਕੀ ਵਜਾਇਆ ਵੀ ਤੁਹਾਡੇ ਕੋਲ ਆਵੇ ਨਾ ਤੇ ਇਦੂ ਬਾਅਦ ਮੇਰੇ ਕੋਲ ਆਵੇ ਨਾ ਮੇਰੀ ਵੀ ਮੇਰੇ ਦੇਵੀ ਦੇਵਤਿਆਂ ਨਾਲ ਲੜੀ ਹੋ ਗਈ ਵੀ ਮੇਰਾ ਪਾਪ ਫਿਰ ਕਿਵੇਂ ਕਰਤਾ ਉਹਨਾਂ ਨੇ ਮੇਰਾ ਕੰਮ ਅੱਜ ਤੱਕ ਕਦੇ ਰੁਕਿਆ ਨਹੀਂ ਸੀ ਪਰ ਤੁਸੀਂ ਹੁਣ ਐਂ ਕਰਿਓ ਕੱਲ ਨੂੰ ਆ ਜਾਓ ਠੀਕ ਹੈ ਬਾਬਾ ਜੀ ਮੱਥਾ ਕਿੰਨੇ ਪੈਸੇ ਦੇਖੀਏ ਨਾ 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 ਮੈਂ ਅੱਜ ਤੁਹਾਡੇ ਤੋਂ ਕੋਈ ਪੈਸਾ ਦਾ ਮੱਥਾ ਨਹੀਂ ਟਿਕਾਉਣਾ ਪੈਸਾ ਤੁਹਾਡੇ ਤੋਂ ਉਦੋਂ ਮੱਥਾ ਟਿਕਾਉ ਜਦੋਂ ਤੁਹਾਡੇ ਕੋਲੇ ਪੈਸੇ ਆਮ ਹੋ ਗਏ ਠੀਕ ਹੈ ਜੀ ਚੰਗਾ ਬਾਬਾ ਜੀ ਧੰਨਵਾਦ ਜੀ ਠੀਕ ਹੈ ਜੀ ਮੇਰ ਕਰੇ ਬਾਬਾ ਜੀ
बाबा जी मत्था लटका लेंदे तो मेरे गरीब का अधिया बुआ बन जाता। वो तू देखी तो चल अगे अगे की बन दे, मैं इन्होंने तो लखा के हिसाब न रगड़न फिर तू 100 रुपये के मत्थे तो की लैने, तू मैथों ले जी अधिया के पैसे। बस ठीक है बाबा जी। जे तू सियाणप के गुण सीखने ने मैथों तो आपकी सोच न उची रखना सीख। वो कहते होंगे ने ना गुरु जिन्हों के टप्पने चेले जान छड़प। मैं तेन आपदे तो वड्डी सियाणी बनाने वो सचो सियाणा बनाने। बस ठीक है बाबा जी बेफिक्र हो जाओ, एक दिन मैं सुथों बड़ा सियाणा बन के दिखाऊं, दिमाग मेरा बहुत है सुख नाल। चल चंगा चंगी गल है। ले देख ले बेबे एवं डरी जाता ती, वो तो बेचारी कहती मैं सोतों पैसा ना मत्थे नहीं टिकाउना जिन्हें तक तुम आप पैसे च नहीं हो जाते। बेचारी ने मत्था नहीं टिकाया, 100 रुपये वापस मोड़ता। अच्छा हाँ मैं तो देख ली बेबे पूरा लालच नहीं है उन्हें, तो जमा जनानी पूरा लालच नहीं है। मैं कह दी ले फिर यह जहा बंदा सही हों वो अपना काम कर दू कर दू अपन पैसे च कर दू कर करूगी बेबे मेरा पूरा विश्वास है मैं तो। चल ठीक है आप विश्वास रखो फिर। हाँ हाँ सारा करना पू बेबे ना सारे ही करांगे। हाँ है कल्ला मेरे करी तो की बनदा ना सारे करांगे। बाबा जी कल्ला वाले होंदे ने मंत्र पढ़ लगियो मंत्र। बैठे भाई भाई सारी रात दे बाबा जी अहीं बैठे ने एक मिनट नहीं सुते। अच्छा जी ओ मैनू कहंदे असी तां तैनू डीक रहे सी कदों तू सानू याद करें असी तैनू दसीए चक्कर की है इन्हां दे घरे। उन्हां ने मैनू थोड़े घर दा चप्पा चप्पा दिखाता, थोड़े घरे तां चक्कर ही बहुत वड्डा है। चक्कर की है जेटा? चिंता ना कर बच्चा, बहुत बड़ी खुशखबरी वाला चक्कर है। मैं थोनू कहा थी ना भी थोनू खुशखबरी मिलनी चाहिए सी। मेरी गल बच्चा 16 आने सच सी, वो तो थोड़ी जी रुकावट आ गई बिच। मैनू मेरे देवत्या तो पता लगे थोड़े घरे किसी थां ते राजे महाराजा दे हीरे मोती दब्बे पए ने जिन्हां दी कीमत 2-3 करोड़ है। 2-3 करोड़? हाँ बीबा 2-3 करोड़। कितने दबे पे बाबा जी हीरे मोती ने? यही तो चक्कर है भगत, यही पता करना पऊ अपन। तू मैनू ए दस थोड़े घर तो बगैर कितने होर जगह हैगी है? हाँ हैगी है बाबा जी, मैं दसा है सुनू हैगी है। हीरे मोती तो मैनू दबे दिसी जाते हैं थोड़ी जगह च, पर मैनू ये नहीं पता भी थोड़े घर च ने या थोड़ी जमीन च ने। ये काका मैनू जाके देखना पऊ थोड़े नाल। फिर बाबा जी करो कष्ट तुसी है पाओ चरण साढ़े घरे देखो तो कितने जो दबे ने। हाँ भगता लभ लेंगे लभ लेंगे, फिक्र ना कर तू। बाबा जी जे खजाना चाह गया मैं तो अद्धा छोड़ू मत्था टेक दू। बाबा नू लालच नहीं देंदे होंदे भगता, बाबा नू मोह माया का कोई लालच नहीं। असी विचो कुछ नहीं लेना, थोड़े ही भला करना है, एक मेरी भी अड़ी है। कोई ना बाबा जी गलती हो गई है, पर असी आपकी मर्जी ने मत्था जरूर टेकेंगे, उस नू मंजूर करना पऊगा। बस साढ़े की कृपा करो तुम चलो साढ़े सानू राह पाओ भी कितने पे ने हीरे मोती। चलो कोई गल नहीं बच्चा नाराश ना हो तुसी, आपा कर लेंगे पार कितने पे खजाना। आ जाओ फिर अज ही आ जाओ जी। आना की है थोड़े नाल ही चलते हैं असी, पहला खेत चेक करांगे थोड़ा। ठीक है बाबा जी 7 बजना आ जाओ जी। आज साधन फिर थोड़े कोले हैगा जी? असी तो मोटरसाइकिल ते आए। कोई गल नहीं हैगी स्कूटरी साडे कोले। नहीं नहीं कोई ना साधन हैगा साडे कोले, फिर रोज दा कम है ना, ये कड़ा एक दिन दा कम है। आ जाओ ਨਾਂਗੇ।
ਆਹੀ ਪਈ ਆ ਬਾਬਾ ਜੀ ਹਾਂ ਹਾਂ ਉਹ ਦੇਖ ਜਾਂਦੇ ਮੂਰੇ ਬਗੇ ਕਿੱਥੇ ਬਾਬਾ ਜੀ ਖੇਤਾਂ 'ਚ ਭਾਈ ਕਰਦੇ ਫਿਰਦੇ ਆ ਉੱਥੇ ਅਸ਼ੀਰਵਾਦ ਦੇ ਕੇ 1500 ਰਗੜ ਲੈਂਦੇ ਇਹਨਾਂ ਤੋਂ ਬੇ ਕੰਜਰਾ 1500 ਪਿੱਛੇ ਨਹੀਂ ਮੈਂ ਫਿਰਦੀ ਇਹਨਾਂ ਨੂੰ ਘੱਟੋ ਘੱਟ ਮੈਂ 60-70 ਹਜ਼ਾਰ ਦਾ ਚੂਨਾ ਲਾਉਣਾ ਕਰਤੀ ਨਾ ਉਹੀ ਗੱਲ ਬੇ ਤੇਰੀ ਤਾਂ ਸੋਚ ਹੀ ਬਾਹਲੀ ਛੋਟੀ ਹੈ ਅੱਛਾ ਬਾਬਾ ਜੀ ਸੋਚ ਛੋਟੀ ਹੋਣ 'ਤੇ ਖੁਸ਼ ਹੁੰਦਾ ਨਾ ਨਾ ਬਾਬਾ ਜੀ ਮੈਂ ਤਾਂ 60-70 ਹਜ਼ਾਰ 'ਤੇ ਖੁਸ਼ ਹੋਇਆ ਬੇ ਹੋਰ ਦੇਖਦਾ ਚੱਲ ਤੂੰ ਹੋ ਸਕਦਾ ਲੱਖ ਲੈ ਲਈਏ ਬਸ ਤੂੰ ਥੋੜਾ ਜਿਹਾ ਸ਼ਹਿਰ ਬਣ ਕੇ ਰਹੀ ਉਦੋਂ ਤੇਰੀ ਮਾਂ ਕਹਿੰਦੀ ਸੀ ਨਾ ਮੇਰੇ ਪੁੱਤ ਨੂੰ ਸਿਆਣਪ ਦਾ ਕੰਮ ਸਿਖਾ ਦੇ ਮੇਨ ਚੀਜ਼ਾਂ ਤੇਰੇ ਸਿੱਖਣ ਵਾਲੀਆਂ ਨੇ ਸਿੱਖ ਲਈ ਤੂੰ ਵੀ ਗਾਹਕ ਕਿਵੇਂ ਰਗੜੀਦਾ ਹੁੰਦਾ ਅੱਛਾ ਬਾਬਾ ਜੀ ਕੋਈ ਗੱਲ ਨਹੀਂ ਬਾਬਾ ਜੀ ਸਿੱਖੂੰਗਾ ਮੈਂ ਤੁਹਾਨੂੰ ਪਤਾ ਹੀ ਹੈ ਮੇਰਾ ਦਿਮਾਗ ਬਹੁਤ ਹੈ ਬੇ ਚੱਲ ਤੂੰ ਤੋਰ ਹੁਣ ਉਹ ਖੜੇ ਨੇ ਸਾਹਮਣੇ ਉਹ ਤਾਂ ਡਿੱਕੀ ਜਾਂਦੇ ਨੇ ਤੋੜਦਾ ਜੀ ਆ ਜਾਓ ਬਾਬਾ ਜੀ ਆਹ 2.5 ਕਿੱਲੇ ਆਪਣੇ ਹੀ ਹੈ ਅੱਛਾ ਭਗਤਾ ਮੈਂ ਉੱਥੇ ਬਹਿ ਕੇ ਮੋਟਰ 'ਤੇ ਦੇਖਦੀ ਹਾਂ ਵੀ ਕਿੱਥੇ ਜੇ ਤੁਹਾਨੂੰ ਦੌਲਤ ਦੱਬਿਆ ਹੋਏ ਆ ਜਾਓ ਜੀ ਆ ਜਾਓ ਇੱਥੇ ਬਹਿ ਕੇ ਚੈੱਕ ਕਰਦੀ ਹਾਂ ਮੈਂ ਬਹਿ ਜਾਓ ਜੀ ਠੀਕ ਹੈ ਜੀ ਹੇ ਮੇਰੇ ਗੁਰੂ ਲਾ ਦੇ ਪੱਕਾ ਨਿਸ਼ਾਨਾ ਦਿਖਾ ਦੇ ਮੈਨੂੰ ਕਿੱਥੇ ਦੱਬੇ ਖਜ਼ਾਨਾ ਨਹੀਂ ਭਗਤਾ ਮੈਂ ਦੇਖ ਲਿਆ ਸਾਰੇ ਜ਼ਮੀਨ 'ਚ ਤਾਂ ਨਹੀਂ ਹੈਗਾ ਖਜ਼ਾਨਾ ਘਰੇ ਜਾ ਕੇ ਦੇਖਣਾ ਪਊ ਤੇਰੇ ਘਰੇ ਵਗ ਚੱਲਦੇ ਹਾਂ ਬਾਬਾ ਜੀ ਘਰੇ ਵਗ ਚੱਲਦੇ ਹਾਂ ਚਲੋ ਇਹ ਤਾਂ ਮੈਨੂੰ ਇਹਨਾਂ ਦੇ ਕਿਸੇ ਵੱਡ ਵਡੇਰੇ ਦੀ ਮੱਟੀ ਲੱਗਦੀ ਹੈ ਚਲੋ ਕੋਈ ਨਾ ਮੈਨੂੰ ਖੇਤ ਸ਼ੱਕ ਸੀ ਤੁਹਾਡੇ ਪਰ ਖੇਤ ਹੈ ਨੀ ਘਰੇ ਜ਼ਰੂਰ ਹੈ ਪੱਕਾ ਹੀ ਹੈ ਆ ਜਾ ਬਾਬਾ ਜੀ ਬੈਠੋ ਮੰਜੇ ਤੇ ਖੜੇ ਕਿਉਂ ਆ ਜਾਓ ਆ ਜਾ ਬਾਬਾ ਜੀ ਅੱਛਾ ਬਾਬਾ ਜੀ ਕਮਾਲ ਹੋ ਗਈ ਇਹ ਤਾਂ ਜੇ ਬਾਬਾ ਜੀ ਤੁਸੀਂ ਸਾਡਾ ਖਜ਼ਾਨਾ ਕੱਢ ਦੋ ਤੁਹਾਡਾ ਸਾਡੇ ਤੇ ਬਹੁਤ ਵੱਡਾ ਆਸਾਨ ਹੋਊਗਾ ਪਰ ਖਜ਼ਾਨਾ ਦੱਬਿਆ ਕਿਹਦਾ ਹੋ ਸਕਦਾ ਹੈ ਜਿੱਥੋਂ ਤੱਕ ਮੇਰਾ ਧਿਆਨ ਜਾਂਦਾ ਬੀਬਾ ਪੁਰਾਣੇ ਤੋਂ ਪੁਰਾਣੇ ਸਮੇਂ 'ਚ ਇੱਥੇ ਇੱਕ ਰਾਜਾ ਸੀ ਚੰਦਰਮੁਨੀ ਉਹਦਾ ਰਾਜ ਸੀ ਇੱਥੇ ਉਹ ਬੜਾ ਅਮੀਰ ਰਾਜਾ ਸੀ ਬਾਬਾ ਜੀ ਰਾਜੇ ਤਾਂ ਅਮੀਰ ਹੀ ਹੁੰਦੇ ਨੇ ਪਰ ਉਹ ਜ਼ਿਆਦਾ ਅਮੀਰ ਸੀ ਚੰਗਾ ਸੀ ਵਿਚਾਰਾ ਬਹੁਤ ਇਮਾਨਦਾਰ ਸੀ ਉਹ ਦੂਜੇ ਰਾਜਾ ਨੇ ਮਿਲ ਕੇ ਹਮਲਾ ਕਰਤਾ ਵਿਚਾਰੇ 'ਤੇ ਹਮਲਾ ਰੋਕਣ ਲਈ ਲੜਾਈ ਲੜੀ ਪਰ ਵਿਚਾਰਾ ਹਾਰ ਗਿਆ ਫਿਰ ਉਹ ਮੌਤ ਦੇ ਘਾਟ ਉਤਾਰਤਾ ਫਿਰ ਉਹਦਾ ਸਾਰੇ ਰਾਜ ਤੇ ਕਬਜ਼ਾ ਕਰ ਲਿਆ ਚੰਦਰਮੁਨੀ ਦਾ ਤਾਂ ਦੌਲਤ ਤਾਂ ਸਾਰਾ ਲੁੱਟ ਕੇ ਲੈ ਗਏ ਨਾਲੇ ਮਹਿਲ ਢਾਤਾ ਵਿਚਾਰੇ ਦਾ ਇਹ ਤਾਂ 2-3 ਕਰੋੜ ਦੇ ਹੀਰੇ ਮੋਤੀ ਪਾਸੇ ਪਏ ਰਹਿ ਗਏ ਇਹਨਾਂ 'ਤੇ ਨਿਗਾ ਹੀ ਨਹੀਂ ਪਈ ਉਹਨਾਂ ਦੀ ਮਲਬੇ ਹੇਠ ਦੱਬੇ ਰਹਿ ਗਏ ਉਹੀ ਹੀਰੇ ਮੋਤੀ ਮੈਨੂੰ ਦਿਖਾਈ ਦੇ ਰਹੇ ਨੇ ਲੈ ਕਮਾਲ ਹੋ ਗਈ ਬੇਬੇ ਜਿੱਥੇ ਆਪਾਂ ਰਹਿੰਦੇ ਇੱਥੇ ਰਾਜੇ ਦਾ ਮਹਿਲ ਹੁੰਦਾ ਸੀ ਹੋਰ ਮੈਂ ਤਾਂ ਆਪ ਹੈਰਾਨ ਹਾਂ ਵੀ ਇੱਥੇ ਆਪਣੇ ਘਰ 'ਚ ਹੀਰੇ ਮੋਤੀ ਦੱਬੇ ਪਏ ਨੇ ਰਾਜੇ ਦੇ ਹੀਰੇ ਮੋਤੀ ਤਾਂ 10,000 ਕਰੋੜ ਦੇ ਸੀ
बाकी तो उन्होंने आपके कब्जे हेठ कर ले, आही रह गए 2-3 करोड़ दे। कमाल होगी 10,000 करोड़। चल फिर ऐ करो बाबा जी, करो कृपा साढ़े ते। करदे आ कृपा बच्चा, जरान तो रख, पहला बाबे नू चाह दा कप पियो। हाँ जी हाँ जी, चाह तो बनाओ, ठंड तो बहुत लगी जाती है। बाबा जी तुम चाह की गल करते, मैं तो पत्ती पा लेनी, कोई गल नहीं। जाओ जाओ लियाओ करके फिर। हाँ लियाओ लिया, बना ले। करो बाबा जी कृपा। फिर तुसी बच्चा ऐ करो, किसे कमरे च दरी बिछाओ, उपर बिछा दो गदैला। बैठा थी बह जाओ बाबा जी, ठंड है थले। चलो उत्थे बह जाने फिर। सुपाल चादर चुदर बिछाई दी बैठा थी। हाँ हाँ अज बिछाई दी। बाबा जी सोडा सांता से सारी उम्र नहीं भुल दे, साडी गरीबी खत्म हो जू सच्ची। का चिंता ही ना कर बीबा, गरीबी भी खत्म कर दू, गरीब भी खत्म कर दू। की आखी ना बाबा जी। ना ना मेरे कहने का मतलब ए है, तुम गरीब कितों रह जाओगे, गरीबी तो आप ही चक्की जाऊ, तुम अमीर हो जाओगे, करोड़पति बन जाओगे। बस थोड़ी कृपा चाहिए बाबा जी। कृपा का दी, कृपा तो हो गई थोड़े ते। बैठो बाबा जी। इत्थे ठीक है, इत्थे बह के ला के देख दिया ध्यान। जोड़े लाए जी, चल इत्थे ला देने हां, इक लगे। हे मेरे गुरु, हे मेरे साई, किथे दबे पे खजाना, मैनू ता दिखाई। एक अड़चन पैगी भगतो। की अड़चन बाबा जी? मेरे पीरा ने मैनू दसे है, कुछ कर रुपये मेरे कोले रख के मैनू पीरा नू ते आना पो। वो कहंदे हुंदे ने ना, माया नू माया खिचदी है, फिर मैनू पता लगूगा भी खजाना किथे है। अच्छा बाबा जी, किन्ने के पैसे कोले रखने पैणगे? घट्टो घट्ट 1,00,000 रुपया तो चाहिए ही है, फिर ही पीर खुश हो गए। 1,00,000 रुपया? 1,00,000 रुपया तो बाला बाबा जी, इन्हों का प्रबंध ही नहीं होना। प्रबंध तो फिर थोनू करना ही पेगा जे खजाना पालना। चल 60-70,000 नाल भी कम चल जू, घंटे 2 घंटे की गल है सारी। बाबा जी इन्ने पैसे का प्रबंध करना तो औखा है, एवं सानू कह दा बहुत औखा है साढ़े लिए। तो प्रबंध तो थोनू फिर करना ही पेगा, नहीं तो फिर मैनू माफ करो, खजाना पालना फिर मेरे बस की गल नहीं। सुखपाल तेरिया ते मेरिया वालिया 60-70,000 दया हो नहीं, आप बेच दें। हाँ भाई की गल करते हो तुसी? बालिया की गल करते हैं बाबा जी, हुण सानू बालिया वेचनिया पैनगिया, साढ़े ते किन्नी मर्जी गरीबी रहेगी पर असी आ बालिया नहीं गवाईया, हुण वेचनिया पैनगिया। बालिया ने कित्थे जाना थोड़िया ने? तुसी मेरी गल सुनो, थोनू वेचन की लोड़ ही नहीं, मैं थोड़िया बालिया ही कोले रख के अपने पीरां नू त्यालू। अच्छा जी ऐ भी चल जूगा कम? चल जू चल जू, ए भी आखर पैसे दी चीज है, धन दौलत ची आ जांदी है, कोई ना थोड़िया बालिया नाल भी खजाना दिस जूगा। चल सुखपाल लाइए वालिया फिर, आप ला ला दे पुत, लग जू ना पता जी खजाने का फिर। हां खजाना तो आऊ भजया, थोड़े चिर च तू देखी किवें जानना हुंदा भी खजाना कित्थे दबिया होया है, कहीं चक लांगे उन्ना ही थों पट्टांगे खजाना कढ लांगे। फिर तो बहुत कृपा हो जू बाबा जी, बस थोड़े ते विश्वास है सानू, तो साडे ते विश्वास रखना, जिन्हें साडे ते विश्वास रख लिया बच्चा वो तर गया तर। मैं तो कहना बाबा जी आसान ही होगा सब, जिहड़ा सी नाले मर्जी नाल मत्था टेकांगे ओह तां थोनू मंजूर करना पऊगा। चल कोई गल नहीं, जे तुसी कुछ देना है तां आपदी मर्जी नाल दे सकदे हो, पर मैं थोनू पहला भी दस्सिया भी मैनू मोह माया दा कोई लालच नहीं। हाँ जी हाँ जी, वो तो पता है। फड़ा दे पुत, 2 घंटे दे काम है। आ लो बाबा जी। ना 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 मैं थोड़ा हथ लाना इनू, इधर धर दो गद्दे थले, इतने धर दो, बस ये थले धर दो,
दो घंटे का काम है सारा। बस इत दो। हे मेरे गुरु, हे मेरे साईं, किथे पे खजाना जरा मैनू तो दिखाई। हे मेरे गुरु, हे मेरे साईं, किथे पे खजाना जरा मैनू तो दिखाई। हे मेरे गुरु, हे मेरे साईं, किथे पे खजाना जरा मैनू तो दिखाई। भगत खजाना तो मैनू दिस गया, थोड़ी रसोई दे नेड़े तेड़ी है, पर एक अड़चन होर पैगी। मेरा पीर एक बजुर्ग की शकल बारी बारी दिखा रहे, एक मटी दिखा रहे। मैनू लगता है वो मटी थोड़े खेत च है। हाँ जी बाबा जी, वो मेरे पड़दादे की मटी है जी, साढ़े खेत। अच्छा, थोड़ा पड़दादा ही दिखाई दे रहा फिर मैनू। जो मैनू खजाना दबा हुआ रसोई को दिसदा, ओदी थोड़ा पड़दादा मूहरे आके खड़ जाता है। कोई ना कोई भगत रुकावट है, पर खजाने ते तो निगाह पैगी मेरी। फिर भी खजाना बहुत है भाई, मेरा तो अंदाजा ही गलत निकल गया। मैं तो कहती थी खजाना 2-3 करोड़ का, घट्टो घट खजाना 4-5 करोड़ का। अच्छा बाबा जी। हाँ भाई, रुकावट आ रही है किसी ना किसी गलों, थोड़ा पड़दादा मैनू नाराज लगता है थोड़े नाल। अच्छा बाबा जी, हुण वो क्यों गुस्से हो गया थोड़े नाल? दिमाग जवाखा वर्गा हो जाता है, वह माड़ी माड़ी गल तो गुस्से होने लग जाता है। गुस्से तो उन्हें होने ही ना दिया करो। बाबा जी, वो कहना जिंदा हुण, उन्हें तो मरे नूं कितना चिर हो गया, मैं तो देखा भी नहीं चज नाल। जिंदा क्यों नहीं बच्चा? जिंदा ही है वो, जिन्ना चिर ओदी मटी रहू उन्ना चिर जिउंदा ही रहू, थोड़े आस पास थोड़ी मदद करता रहू हरेक खुशी गमी च। ठीक है बाबा जी। हुण केरा आपां उहनूं मना लैने, तुसीं जाओ मटी ते मत्था टेक के आओ, जा चेले लै जाए इन्हां नाल। ठीक है जी, हुण ही जाणा पऊगा जी। हाँ हाँ, हुण ही जाणा पऊ, होर कल नूं हुण ही जाओ। दोनों मां पुत तुसीं जाके मत्था टेको, मत्था टेक के कहो भी बाबा जी साडियां गलतियां फलतियां सब माफ कर दे। ये बीबा दा तां सरजू, इहनू रहण दे साडे कोले, ये जाए आऊगी मस्से वाले दिन, तुसीं जाओ दोनों जाने। ठीक है, मैं तां फिर भुल्ले बक्सा आऊंगी। चल ठीक है सुभा, तू फिर माफी मांग गई पड़दादे तो। चल ठीक है, असीं हो जाने। ठीक, आ जा बीबे। चल पुत्त। ओ पड़दादा विच वड़ के बह गए ले, पता नहीं क्यों नहीं भला होण दिंदा। फिर फिर रुस जूगा, आई नहीं कहीदा हुंदा। आई मस्से ते जाने आ नाले, पता नहीं क्यों आप दी बैरी बन गए। बे कोई ना कोई ना, बड़ा होके बंदा ही हो जाता है, दिमाग की जवाका वर्गा हो जाता है। उन पतासे पतूसे तो नहीं लेके जाने? चल कोई ना, उतो दुकान तो ले लांगे। तो चल हाजे भी बाबा मन जे ना मन तो जाऊगा। फिर कन्या किन्निया पईयां ने अपने घरे? कईया बाबा जी, दो है। चल ठीक है, जगह भी पटनी पऊ ना खजाना कढ़न वास्ते, तू भी नाल लग जी चेले इन्हां दे। तुसी बेफिक्र हो जाओ बाबा जी, पूरा साथ दऊं ना। ऊं तां दिस गया ती ना बाबा जी खजाना सानू। लै कमाल करी जानी है तू, होर मैं झूठ बोलदी आ? ना ना, मैं नहीं कहंदी बाबा जी, ओ तां साडे ते मैनूं रब जी दा भरोसा है। मेरे कहण दा मतलब है जी, काच पिया ती खजाना इक गागर है, खासी वड्डी गागर है। अच्छा, मैं कहंदी आ तू बेफिक्र हो जा बीबा, मेरी भी जिद है मैं थोनों अमीर बनाउनी बनाउना। आ थोड़े जे चिर च मेरी जिद पूरी होने वाली है। ठीक है बाबा जी, मैनूं भरोसा साडे ते। पानी तां पिया फिर बीबा? लेउणी है बाबा जी। तू गल सुन चेलिया, इत्थों तू सीधा जाके ना नहर वाली पटड़ी राह जांदा सीधा, उत्थे जाके खड़ जी, मैं आपे आ जाऊं किवें ना किवें। इह पिंड छड्ड के आपां नूं निकलना पऊ, टिकाणा कितें होर पाल लांगे, घट्टो घट वालियां 80,000 दियां ने। बस ठीक है बाबा जी। हेलो, ओए गल सुन चेलिया, आपां बाबे कलमंदर दास दी फोटो दा घरे भुल्ले, फोटो आपां नूं लेउणी पऊ, फोटो मूहरे रख के फिर आपां नूं बाबे नूं उहनूं भी चोणा पऊ। अच्छा बाबा जी,
ओहो मैं ले आना बाबा जी पानी पी लो। तू छेती जा किते मट्टी तो माफी मांग के मुड़ना आउन। ठीक है जी। बस पहुंच गए होंगे हो मट्टी ते। हाँ हाँ बाबा जी पहुंच गए होंगे बस आ जाएंगे छेती। ओहो एक गल तो मैं भूली गई खमणी मंगाउणी सी चेले तो तेरे घर आले ते तेरी बेबे दे बननी है अंदर बढ़न तो पहला बननी पो। अच्छा अच्छा इत्थे दुकान होगी कोई नेड़े तेरे। हाँ जी हाँ जी बाबा जी हैगी। जा बीबा फिर तेनू कष्ट करना पऊगा खमणी फड़ के लिया खमणी बननी है उन्होंने जरूरी है। कोई ना बाबा जी हुण फड़ लियोनी कष्ट की कड़ी गल कोई गल नहीं ले छेती दे वहां किते खेतों मुड़ बनाउण आउण तो पहला बननी है पैसे चक दे वे। ओ बाकी हो ता मैं भी पावा चाले बन गई गल। ये गेट तो मैं ना जावा कित मूहरे आ ना जा इधरले गेट जावा रा सीधा ही जाता नहर नू इधर ही जावा मैं कित मगर में ना आ जा। है आए क्यों नहीं बाबा जी यार बहुत टाइम लाता उन्होंने तो यार इन्हें अस इतने आवेंगे सूए को खड़ जी कमाल हो गई यार दस मिनट होर देख लेने यार नहीं तो आपां नेरियां ठा देंगे आपां नूं की लोड़ है। ले ओ आ गए पचास लैके छेती देने 70-80 हज़ार दियां पचास लैके ना मगर ना जे कोई आई नहीं चल रही खेतों है ये दाम चढ़ गया भजी भजेंगे दुकान तो है। बाबा जी किधर भागे किधर भागी इधर भी नहीं हैगी इधर का बार खुला फिर आ बार भी खुला फिर ये तो इधरले बार निकल गई ठगनी थी तो ले आ गए भी मेरी गल सुनो। हाँ वो पता नहीं किधर भज गई मगरले बार भजी है मतलब बार खुला पे मगरला बालियां लेके भज गई दोनों जोड़े बालियां लेके ठगनी थी तो हूँ की करांगे होर अपने नाते मैं लगता ठगी भज गई थोड़ी भैन चल मैं तो कहना चली ओदे घरे मेरे मगर चलो जाओ चलो कोई ना बेबे तू बेफिक्र है कोई ना ਕਰੀ ਗਈ ਹੋ ਹੋਰ ਕਿੱਥੇ ਗਈ ਹੈ ਹੋਰ ਆਪਾਂ ਨੂੰ ਕੀ ਪਤਾ ਸੀ ਤੇਲ ਹੈਗਾ ਹੈਗਾ ਪਰਾਂ ਹੋ ਆ ਜਾ ਛੇਤੀ ਕਰ ਮੜਾ ਜਾ ਚੱਲ ਚੱਲ ਹੱਥ ਪਾਲੇ ਚ ਮਾਰ ਕੇ ਪੁਜਾ ਉਹਨੇ ਮਾਰਾ ਮੈਂ ਕਿਹਾ ਸੀ ਨਾ ਵੀ ਮੈਨੂੰ ਨਹੀਂ ਵਿਸ਼ਵਾਸ ਹੈ ਨਾ ਬਾਬੇ ਬੁੱਬਿਆਂ ਤੇ ਨਾ ਜੀ ਹੱਥ ਧੋ ਕੇ ਮੇਰੇ ਮਗਰ ਪੈ ਗਈਆਂ 80,000 ਦਾ ਨੁਕਸਾਨ ਕਰਾਤਾ ਨਾ ਕੱਢ ਲਓ ਹੁਣ ਖਜ਼ਾਨਾ ਰਸੋਈ ਕੋਲੋਂ ਵੇ ਇਹਨੇ ਪਸਾਤੇ ਪਤਾ ਸੁਪਾਲ ਨੇ ਮੈਂ ਬਥੇਰਾ ਕਿਹਾ ਤੀ ਵੀ ਤੇਰੀ ਭੂਆ ਦੇ ਪਿੰਡ ਜਾਇਆ ਉੱਥੇ ਵਧੀਆ ਸਿਆਣਾ ਹੈਗਾ ਨਾ ਜੀ ਕਹਿੰਦੀ
इसे को ही जाना है। ले बेबे वो तो कहते जाने च कोई हर्ज नहीं है, हूँ तू मेरे च दोस्त कढ़ी जानी है। तू तो अग मचाई रखी उदों कि बहुत करनी वाली जनानी है, आ कर गई ले कढ़ लो हुण खजाना। ना मैं क्यों कढ़ा, यही कढ़ ले, यही वाली काली सी। ਲੈ ਬੇਬੇ ਤੂੰ ਕਿਹੜਾ ਕਾਲੀ ਹੈ ਨੀ ਗੀ, ਵਾਲੀਆਂ ਬਾਰੇ ਤਾਂ ਇਹੀ ਕਿਹਾ ਤੀ ਅੱਗੇ 70-75 ਹਜ਼ਾਰ ਦੀਆਂ ਹੋਣਗੀਆਂ, ਮੇਰੀਆਂ ਵੀ ਲਹਾ ਕੇ ਕਮਾਤੀਆਂ। ਨਾ ਮੈਨੂੰ ਤਾਂ ਤੇਰੇ ਤੇ ਗੁੱਸਾ ਚੜ੍ਹ ਜਾਂਦਾ, ਨਾ ਤੇਰੀ ਬੇਬੇ ਲੱਗਦੀ ਤੀ ਉਹ ਘਰੇ ਛੱਡ ਕੇ ਉਹਨੂੰ ਬਾਗੀ ਹੱਟ ਤੇ। ਅੱਜ ਕੱਲ੍ਹ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਕਿਸੇ ਤੇ। ਟਾਈਮ ਹੈਗਾ ਵਿਸ਼ਵਾਸ ਕਰਨ ਦਾ? ਹੁਣ ਤਾਂ ਜਿਵੇਂ ਮਰਜ਼ੀ ਕਹੀ ਜਾਓ ਬੇਬੇ, ਉਹ ਤਾਂ ਸਾਰਿਆਂ ਨੇ ਵਿਸ਼ਵਾਸ ਕਰਿਆ ਤੀ। ਪੰਗਾ ਤਾਂ ਤੂੰ ਪਾਇਆ ਸਾਰਾ ਮੇਰੇ ਮੂੰਹੋਂ ਸੁਣੇਗੀ ਹੁਣ। ਕੱਢ ਲਓ ਹੁਣ ਖਜ਼ਾਨਾ ਚੰਦਰ ਮੁਨੀ ਦਾ। हाँ जी सत श्री अकाल, सलाम अदाब नमस्कार, तुसी जुड़े हो पेंडू विरसा दे नाल। हुण वारी है तुहाडी कमेंट करन वालिआं दी। गुरदीप खेला इटली, कश्मीर सिंह, जसदीप सिंह बांदर, गुलाब सिंह रतिया, जसवीर कौर नाफरी, जिला जनरल सकत्तर कांग्रेस कमेटी, बलजीत सिंह फगवाड़ा, जसप्रीत कौर हिम्मतपुरा, बलविंदर सिंह लाहौरिया पिंड बैका, हरमन बरनाला, सुखविंदर न्यूजीलैंड, चरणजीत कौर, खुशप्रीत कौर ते प्रितपाल कौर पिंड चक्कली शेर मानसा, सूबेदार साधु सिंह तप्पर जगराओं, इंद्रजीत खेड़ीके, राज हिम्मतपुरा, रमन चरणपाल सिंह सेवेवाला, गुरचरण चौहान गुरुसर अते सिद्धार्थ। शुक्रिया जी, मेहरबानी जिहड़ा तुसी सानू एप्रीशिएट कर रहे हो, पेंडू विरसा नू घर घर पहुँचा रहे हो। हाँ जी, वीडियो दब के शेयर कर दिया करो, आ चेले ठगणियों तो बचा करो जिहड़े खजाना भाल के दिंदे ने, खजाने का लालच दिंदे ने जिहड़े सानू, उन्हां तो बच के रहा करो, किते खजाना खजूना नहीं पिया। ਐਵੇਂ ਲਾਲਚ ਚ ਆ ਜਾਣੇ ਆ ਤੇ ਕੁਰਬਾਨੀਆਂ ਬਣਾ ਲਾਂਗੇ ਆਪਾਂ ਨੂੰ ਵਧੀਆ ਤਾਂ।